ਬੱਚੇ ਨੂੰ ਇੱਕ ਆਪਦੇ ਕੋਲ ਖੋ ਕੇ ਫਿਰ ਉਸ ਤੋਂ ਆਪਦੇ ਘਰੇ ਜਾ ਵੜੇ ਜੀ, ਮੇਰੀ ਭੈਣ ਦੇ ਘਰੇ ਜਾ ਵੜੇ। ਉੱਥੇ ਤੋਂ ਕੇ ਜਾ ਕੇ ਇਹਦੇ ਉੱਤੇ ਹਮਲਾ ਕੀਤਾ ਗਿਆ ਜੀ, ਮੱਕ ਕੋ ਖੋਣ ਦੀ ਕੋਸ਼ਿਸ਼ ਕੀਤੀ ਗਈ। ਅਤੇ ਉਸ ਤੋਂ ਬਾਅਦ ਮੈਂ ਕੁਦਰਤੀ ਮੈਂ ਗਿਆ ਜੀ, ਅਤੇ ਮੈਂ ਜਾ ਕੇ ਉਹਨੂੰ ਪਿੱਛੋਂ ਫੜ ਕੇ ਮੈਂ ਸਿੱਟਿਆ ਜੀ ਉਹਨੂੰ। ਕਿੱਥੇ ਸੀਗੇ ਬੱਚੇ, ਕਿੱਥੇ ਘਰ ਤੁਹਾਡਾ? ਨਾਲ ਹੀ ਘਰ ਹੈਗਾ ਜੀ ਸਾਡੇ, ਗੁਆਂਢੀ ਦੇ ਘਰੇ ਜਾ ਵੜੀ ਸੀ ਇਹ ਭੱਜ ਕੇ। ਅਤੇ ਉੱਥੋਂ ਅਤੇ ਮੈਂ ਆਇਆ ਜੀ, ਮੈਂ ਉਹਦਾ ਗਲਾਵਾ ਪਿੱਛੋਂ ਫੜ ਕੇ ਮੈਂ ਸਿੱਟਤਾ ਜੀ ਥੱਲੇ, ਅਤੇ ਉਹਨੂੰ ਫਿਰ ਉਹ ਉੱਟ ਚੱਕ ਕੇ ਖੜਾ ਹੋ ਗਿਆ ਜੀ ਮਾਰਨ ਵਾਸਤੇ ਜੀ। ਫਿਰ ਉਸ ਤੋਂ ਬਾਅਦ ਸਾਰਾ ਮੁਹੱਲੇ ਵਾਲੇ ਗਾ ਕੇ ਇਕੱਠੇ ਹੋ ਗਏ ਜੀ। ਫਿਰ ਉਸ ਤੋਂ ਬਾਅਦ ਰੋਲਾ ਜਿਹਾ ਬਾਹਲਾ ਪੈ ਗਿਆ ਜੀ। ਫਿਰ ਉਸ ਤੋਂ ਬਾਅਦ ਠਾਣੇ 'ਚ ਫੋਨ ਕਰਤਾ ਜੀ ਇੱਥੇ। ਨਹੀਂ ਜੀ ਨਹੀਂ, ਕੁਛ ਨਹੀਂ ਵੇਖਿਆ ਜੀ, ਪਹਿਲੀ ਅੱਜ ਜ਼ਿੰਦਗੀ 'ਚ ਪਹਿਲੀ ਵਾਰ ਵੇਖਿਆ ਜੀ ਸਾਨੂੰ। ਇਹ ਦਰਵਾਜ਼ੇ ਕੋਲੇ, ਨਲਕੇ ਕੋਲੇ ਸੀਗਾ ਜੀ ਪਾਣੀ। ਬੱਚੇ ਦੇ 1.5 ਸਾਲ ਹੈ ਜੀ, ਦਿਵਿਆ ਜੀ, ਬੱਚੇ ਦੇ ਨਾਂ ਦਿਵਿਆ ਜੀ। ਅੱਜ 8:30 ਵਜੇ ਦੀ ਗੱਲ ਹੈ ਜੀ, ਰੋਲਾ ਰੋਲਾ ਕਰ ਦੇ ਕੇ ਜਾਂਦੇ 9 ਵਜ ਗਏ ਜੀ। ਤੁਸੀਂ ਪੁਲਿਸ ਕਾਰਵਾਈ ਤੋਂ ਸੰਤੁਸ਼ਟ ਜੀ? ਜਿਹੜਾ ਪੁਲਿਸ ਨੇ ਪੁਲਿਸ ਕਾਰਵਾਈ ਕਰ ਰਹੀ ਹੈ ਬਣੇ ਹਾਂ, ਬਹੁਤ ਵਧੀਆ ਹੈ ਜੀ, ਜੋ ਕਰਨਗੇ ਬਾਈ ਜੀ ਆਪਣਾ ਮਨਜ਼ੂਰ ਹੈ ਜੀ। ਅਸੀਂ ਉਹ ਆਪਣੇ 2.5 ਸਾਲ ਦੀ ਲੜਕੀ ਸੀਗੀ, ਉਹਨੂੰ ਪਾਣੀ ਪਿਲਾ ਰਹੇ ਸੀ ਨਲਕੇ 'ਤੇ, ਇੱਕ ਆਦਮੀ ਆਇਆ ਅਤੇ ਉਹਨੂੰ ਖੋਹ ਕੇ ਅਤੇ ਮਾਰ ਦਿੰਦੀ ਦੀ ਨੀਅਤ ਲੈ ਕੇ ਉਹਦੀ ਲੜਕੀ ਨੂੰ ਭੱਜ ਗਿਆ। ਉਹਨੇ ਰੌਲਾ ਪਾਇਆ, ਲੋਕਾਂ ਨੇ ਕਾਬੂ ਕਰ ਲਿਆ। ਬਾਅਦ ਵਿੱਚ ਉਹਦਾ ਪਤਾ ਲੱਗਿਆ ਵੀ ਉਹਦਾ ਨਾਂ ਸਹਿਦੇਵ ਆ, ਜਿਹੜਾ ਕਿ ਬਿਹਾਰ ਦਾ ਰਹਿਣ ਵਾਲਾ। ਉਹਨੂੰ ਗ੍ਰਿਫਤਾਰ ਕਰ ਲਿਆ, ਉਹਦੇ ਖਿਲਾਫ਼ ਮੁਕੱਦਮਾ ਅੰਡਰ ਸੈਕਸ਼ਨ 363 364 IPC ਦਰਜ ਕਰ ਲਿਆ, ਅਤੇ ਉਹ ਤੋਂ ਤਫਤੀਸ਼ ਜਾਰੀ ਹੈ। ਉਹ ਅੱਗੇ ਹੋਰ ਜੇ ਸੁਰਾਖ ਮਿਲੇ ਤਾਂ ਫਿਰ। ਲੜਕੀ ਦੀ ਉਮਰ ਕਿੰਨੀ ਸੀ? ਲੜਕੀ ਦੀ ਉਮਰ ਕਰੀਬ 1.5 ਸਾਲ ਹੈ। ਅਤੇ ਇਹਨੇ ਕੁਛ ਹੋਰ ਵੀ ਮੰਨਿਆ ਬਈ ਪਹਿਲੇ ਮੈਂ ਕੋਈ ਵਾਰਦਾਤ ਕੀਤੀ? ਨਹੀਂ, ਅਜੇ ਤਫਤੀਸ਼ ਪੁੱਛਗਿੱਛ ਜਾਰੀ ਹੈ, ਜੇ ਕੋਈ ਸਾਹਮਣੇ ਗੱਲ ਆਈ ਤਾਂ ਉਸ ਕਾਰਵਾਈ।